ਸ਼੍ਰੀ ਗੁਰੂ ਸਿੰਘ ਸਭਾ ਸਾਊਥਾਲ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਏ ਗਏ। ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਹੈਵਲਾਕ ਰੋਡ ਤੋਂ ਹੁੰਦੀ ਹੋਈ ਕਿੰਗ ਸਟ੍ਰੀਟ, ਦ ਗ੍ਰੀਨ, ਸਾਊਥ ਰੋਡ, ਬ੍ਰੌਡਵੇ ਆਦਿ ਤੋਂ ਹੁੰਦਾ ਹੋਇਆ ਗੁਰਦੁਆਰਾ ਪਾਰਕ ਅਵੈਨਿਊ ਵਿਖੇ ਸੰਪੰਨ ਹੋਇਆ। ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਸਨ ਅਤੇ ਪੰਜ ਪਿਆਰੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ। ਗੁਰਬਾਣੀ ਕੀਰਤਨ ਰਾਹੀਂ ਸਿੱਖ ਸੰਗਤਾਂ ਨੂੰ ਕੀਰਤਨੀ ਜਥਿਆਂ ਨੇ ਨਿਹਾਲ ਕੀਤਾ। ਅਰਦਾਸ ਕਰਿਆ ਕਰੋ ਸਤਿਗੁਰੂ ਦੇ ਅੱਗੇ, ਸਤਿਗੁਰ ਸਿੱਖੀ ਜੀਵਨ ਬਖਸ਼ੋ, ਇਹ ਜੋ ਸਿਰਾਂ ਤੇ ਰੁਮਾਲ ਹੈ ਇਹ ਦਸਤਾਰਾਂ ਦਾ ਰੂਪ ਧਾਰ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਅਜੀਤ ਵੈਬ ਟੀ ਵੀ ਨੂੰ ਲੱਖ ਲੱਖ ਵਾਹ ਮੁਬਾਰਕਬਾਦ ਦਿੰਦਾ ਅਤੇ ਸਾਥ ਹੀ ਸਾਥ ਸ਼੍ਰੀ ਗੁਰੂ ਸਿੰਘ ਸਭਾ ਦੇ ਪ੍ਰਬੰਧ ਵੱਲੋਂ, ਟਰੱਸਟ ਵੱਲੋਂ, ਸਾਧ ਸੰਗਤ ਵੱਲੋਂ, ਜੋ 550 ਸਾਲਾਂ ਨੂੰ ਸਮਰਪਿਤ ਜਿੰਨੇ ਵੀ ਦੁਨੀਆ 'ਤੇ ਨਗਰ ਕੀਰਤਨ ਕੱਢੇ ਜਾ ਰਹੇ ਆ ਜਾਂ ਜਿਹੜੇ ਆਉਣ ਵਾਲੇ ਸਾਲ ਦੀ ਤਿਆਰੀ ਹੋ ਰਹੀ ਆ, ਉਹਨਾਂ ਵਾਸਤੇ ਅਸੀਂ ਸਾਰੀਆਂ ਸੰਗਤਾਂ ਨੂੰ, ਕਿਉਂਕਿ ਸਿੱਖ ਧਰਮ ਇੱਕ ਮਨੁੱਖਤਾ ਦਾ ਧਰਮ ਆ ਅਤੇ ਜਿੱਥੇ ਵੀ ਜ਼ੁਲਮ ਹੋਏ, ਅੱਤਿਆਚਾਰ ਹੋ, ਉੱਥੇ ਸਿੱਖ ਕੌਮ ਨੇ ਬਹੁਤ ਪਹਿਰਾ ਦਿੱਤਾ ਹੈ। ਸੋ ਅਸੀਂ ਬੇਨਤੀ ਕਰਦੇ ਹਾਂ ਸਾਰੀਆਂ ਸੰਗਤਾਂ ਨੂੰ ਕਿ ਆਉਣ ਵਾਲੇ ਇੱਕ ਸਾਲ ਦੇ ਵਿੱਚ ਜਿਹੜੀਆਂ ਪਿਛਲੇ ਸਮਿਆਂ ਦੇ ਵਿੱਚ UK ਦੀ ਧਰਤੀ ਉੱਤੇ ਗੁਰੂ ਗੁਰਦੁਆਰਿਆਂ ਨੇ ਇਕੱਠੇ ਹੋ ਕੇ ਇੱਕ ਬਾਈਬਲ ਕਲਾਂ ਵਾਰਸੇ ਦੇ ਜਿਹੜਾ ਆਪਣਾ ਕਰਤਾਰਪੁਰ ਦੇ ਲਾਂਘੇ ਦੀ ਗੱਲ ਕੀਤੀ ਆ, ਉਹਦੇ ਬਾਰੇ ਆਪਾਂ ਅਰਦਾਸਾਂ ਕਰੀਏ, ਕਿਉਂਕਿ 17 ਸਾਲਾਂ ਤੋਂ ਇਹ ਜਿਹੜੀ ਅਰਦਾਸ ਹੈ ਸਿੱਖਾਂ ਦੀ ਅਰਦਾਸ ਉਹ ਚੱਲ ਰਹੀ ਆ ਅਤੇ 550 ਸਾਲਾਂ 'ਤੇ ਜਿਹੜਾ ਗੁਰਪੁਰਬ ਸ਼ਤਾਬਦੀ ਆ ਰਹੀ 550 ਸਾਲਾਂ ਗੁਰੂ ਨਾਨਕ ਦੇਵ ਦੀ, ਉਹਦੇ ਵਾਸਤੇ ਇਹ ਜਿਹੜਾ ਅਰਦਾਸ ਆ ਉਹ ਸਫਲ ਬਣਾਈਏ ਤਾਂ ਕਿ ਸਾਰੀ ਦੁਨੀਆ ਦੇ ਜਿਹੜੀ ਮਨੁੱਖਤਾ ਹੈਗੀ ਆ ਉੱਥੇ ਕਰਤਾਰਪੁਰ ਗੁਰੂ ਉਸ ਸਥਾਨ ਦੀ ਯਾਤਰਾ ਕਰ ਸਕਣ। ਸੋ ਫਿਰ ਸ਼੍ਰੀ ਗੁਰੂ ਸਿੰਘ ਸਭਾ ਦੇ ਪ੍ਰਬੰਧ ਵੱਲੋਂ, ਟਰੱਸਟ ਵੱਲੋਂ, ਸਾਧ ਸੰਗਤ ਵੱਲੋਂ ਸਾਰੀ ਮਨੁੱਖਤਾ ਨੂੰ ਅਸੀਂ ਲੱਖ ਲੱਖ ਵਧਾਈ ਪੇਸ਼ ਕਰਦੇ ਹਾਂ। ਥੈਂਕ ਯੂ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।